खरे हो तुसी, मैं हाँ रणबीर सिंह राणा। आई जी कुंवर विजय प्रताप सिंह दे अस्तीफे नू लैके सस्पेंस बनया होया कि आखिर अस्तीफा मंजूर होवेगा ना मंजूर होवेगा, मंजूर होवेगा। पर दूजे पासे वड्डा अपडेट इस मामले दे विच आया, कुंवर विजय प्रताप सिंह ने स्पष्ट कर दिता है कि वह हुण नौकरी नहीं करनगे ते वह हुण जनता की सेवा करनगे। तो आई जी कुंवर विजय प्रताप सिंह का ਇਹ ਵੱਡਾ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਕਿ ਜਿਸ ਢੰਗ ਦੇ ਨਾਲ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ, ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੱਡੀ ਚਰਚਾ ਦਾ ਵਿਸ਼ਾ ਬਣਿਆ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਚੰਗੇ ਸਮਰੱਥ ਅਧਿਕਾਰੀਆਂ ਦੀ ਜ਼ਰੂਰਤ ਹੈ। ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਬਹੁਤ ਚੰਗਾ ਕੰਮ ਕਰ ਰਹੇ ਸੀ, ਪਰ ਦੂਜੇ ਪਾਸੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਫ਼ ਕਰ ਦਿੱਤਾ ਕਿ ਉਹ ਹੁਣ ਆਈ ਜੀ ਦੇ ਅਹੁਦੇ 'ਤੇ ਨਹੀਂ ਬਣੇ ਰਹਿਣਗੇ, ਉਹ ਹੁਣ ਸਿਰਫ ਜਨਤਾ ਦੀ ਸੇਵਾ ਕਰਨਗੇ। ਤਾਂ ਹੁਣ ਸੋਸ਼ਲ ਮੀਡੀਆ 'ਤੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੀ ਕੁੰਵਰ ਵਿਜੇ ਪ੍ਰਤਾਪ ਸਿੰਘ ਸਿਆਸਤ ਦੇ ਵਿੱਚ ਸਰਗਰਮ ਹੋਣ ਜਾ ਰਹੇ ਨੇ, ਕੀ ਉਹ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕਰਨਗੇ, ਕੀ ਉਹ 2022 ਦੀ ਇਲੈਕਸ਼ਨ ਲੜਨਗੇ, ਕੀ ਉਹ ਵਿਧਾਇਕ ਦੀ ਚੋਣ ਲੜਨਗੇ। ਕਿਉਂਕਿ ਕਿਆਸ ਰਾਈਆਂ ਇਹ ਲਾਈਆਂ ਜਾ ਰਹੀਆਂ ਨੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ। ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹਨਾਂ ਨੇ ਜਿਹੜਾ ਸਪਸ਼ਟ ਕੀਤਾ ਉਸ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੇ ਆਪਣਾ ਕੰਮ ਕੀਤਾ ਹੈ, ਉਹਨਾਂ ਨੂੰ ਕੋਈ ਅਫਸੋਸ ਨਹੀਂ ਹੈ। ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਮੁੱਦੇ ਨੂੰ ਤੂਲ ਨਾ ਦਿੱਤਾ ਜਾਵੇ, ਇਸ 'ਤੇ ਰਾਜਨੀਤੀ ਨਾ ਕੀਤੀ ਜਾਵੇ। ਤਾਂ ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਚਰਚਿਤ ਨਾ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੇ ਸੀਗੇ ਅਤੇ ਚਰਚਿਤ ਨਾਂ ਨੇ, ਅਤੇ ਉਹਨਾਂ ਨੇ ਜਿਹੜੇ ਵੱਡੇ ਅਧਿਕਾਰੀ ਨੇ, ਚਾਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣ, ਚਾਹੇ ਸਾਬਕਾ DGP ਸੁਮੇਧ ਸਿੰਘ ਸੈਣੀ ਹੋਣ, ਜਾਂ ਹੋਰ ਜਿਹੜੇ IG ਪਰਮਰਾਜ ਸਿੰਘ ਉਮਰਾ ਨੰਗਲ ਹੋਣ, SSP ਸਾਬਕਾ ਚਰਨਜੀਤ ਸ਼ਰਮਾ ਹੋਣ, ਹੋਰ ਬਹੁਤ ਸਾਰੇ ਅਫਸਰਾਂ ਤੋਂ ਪੁੱਛਗਿੱਛ ਵੀ ਕੀਤੀ, ਕਈ ਅਫਸਰਾਂ ਨੂੰ ਗ੍ਰਿਫਤਾਰ ਵੀ ਕੀਤਾ। ਅਤੇ ਪਰ ਹੁਣ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਨੇ ਉਹਨਾਂ ਦੀ ਜਾਂਚ ਰਿਪੋਰਟ ਨੂੰ ਖਾਰਜ ਕਰ ਦਿੱਤਾ, ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਹਿ ਦਿੱਤਾ ਸੀਗਾ ਕਿ ਸਾਨੂੰ ਕੁਸ਼ਲ ਅਧਿਕਾਰੀਆਂ ਦੀ ਲੋੜ ਹੈ, ਅਸੀਂ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰਦੇ ਹਾਂ। ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਨਹੀਂ, ਹੁਣ ਉਹ ਨੌਕਰੀ ਨਹੀਂ ਕਰ ਸਕਦੇ, ਆਪਣੇ ਅਸਤੀਫੇ 'ਤੇ ਅੜ ਗਏ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ। ਪਰ ਹੁਣ ਅੱਗੇ ਕੀ ਹੈ, ਉਹਨਾਂ ਦੇ ਅਸਤੀਫੇ ਦੇ ਮਾਇਨੇ ਕੀ ਨੇ, ਜਨਤਾ ਦੀ ਸੇਵਾ ਕਰਨ ਦੀ ਗੱਲ ਜਿਹੜੀ ਆਖੀ ਜਾ ਰਹੀ ਹੈ, ਕਿਸ ਢੰਗ ਦੇ ਨਾਲ ਉਹ ਜਨਤਾ ਦੀ ਸੇਵਾ ਕਰਨਗੇ? ਤਾਂ ਇਹ ਜਿਹੜੇ ਸਵਾਲ ਨੇ, ਇਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਇਹ ਵੀ ਚਰਚਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣ ਸਿਆਸਤ ਦੇ ਵਿੱਚ ਜਾ ਸਕਦੇ ਨੇ, ਕਿਸੇ ਅੰਮ੍ਰਿਤਸਰ ਦੇ ਕਿਸੇ ਇਲਾਕੇ ਦੇ ਵਿੱਚੋਂ ਉਹ ਇਲੈਕਸ਼ਨ ਲੜ ਸਕਦੇ ਨੇ। ਕਿਉਂਕਿ ਜਨਤਾ ਦੀ ਸੇਵਾ ਜਿਹੜੀ ਹੈ ਉਹ ਕਿਸ ਢੰਗ ਨਾਲ ਹੋ ਸਕਦੀ ਹੈ, ਕਿ ਉਹ ਸਿਆਸਤ ਦੇ ਵਿੱਚ ਜਾ ਕੇ ਹੋ ਸਕਦੀ ਹੈ, ਜਾਂ ਫਿਰ ਉਹ ਇਸੇ ਤਰ੍ਹਾਂ ਸਮਾਜ ਸੇਵਾ ਕਿਸ ਤਰ੍ਹਾਂ ਕਰਨਗੇ। ਤਾਂ ਦੱਸ ਦਈਏ ਕਿ ਪਟਨਾ ਸਾਹਿਬ ਨੂੰ, ਬਿਹਾਰ ਨੂੰ ਬਿਲੋਂਗ ਕਰਦੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ, ਅਤੇ 22 ਸਾਲ ਉਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਸੇਵਾ ਕੀਤੀ ਹੈ। ਅਤੇ ਤਾਂ ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਹੁਣ ਆਪਣਾ ਸਪਸ਼ਟੀਕਰਨ ਦਿੱਤਾ, ਉਹਨਾਂ ਨੇ ਕਿਹਾ ਕਿ ਉਹ ਜਨਤਾ ਦੀ ਸੇਵਾ ਨੂੰ ਚੁਣ ਰਹੇ ਨੇ ਅਤੇ ਆਪਣੀ ਨੌਕਰੀ ਛੱਡ ਰਹੇ ਨੇ। ਤਾਂ ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲੈ ਕੇ ਚਰਚਾ ਇਹ ਵੀ ਹੈ ਕਿ ਉਹ ਸਿਆਸਤ ਦੇ ਵਿੱਚ ਜਾ ਸਕਦੇ ਨੇ। ਪਰ ਤੁਹਾਨੂੰ ਦੱਸ ਦਿਆਂ ਕਿ ਉਹਨਾਂ ਨੇ ਕਿਹਾ ਕੀ ਹੈ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਚਰਚਿਤ ਨਾਂ ਨੇ, ਇੱਕ ਚਰਚਿਤ ਚਿਹਰਾ ਨੇ, ਅਤੇ ਜਿਹੜੀ ਸਿੱਟ ਬਣਾਈ ਹੋਈ ਸੀ ਉਸਦੇ ਵੀ ਸਰਗਰਮ ਮੈਂਬਰ ਨੇ, ਲਗਾਤਾਰ ਉਹ ਕੰਮ ਕਰਦੇ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆਪਣਾ ਕੰਮ ਕੀਤਾ, ਮੈਨੂੰ ਕੋਈ ਅਫਸੋਸ ਨਹੀਂ ਹੈ, ਇਸ ਮੁੱਦੇ ਨੂੰ ਤੂਲ ਨਾ ਦਿੱਤਾ ਜਾਵੇ, ਨਾ ਹੀ ਇਸ ਦਾ ਸਿਆਸੀਕਰਨ ਕੀਤਾ ਜਾਵੇ, ਮੈਂ ਸਮਾਜ ਦੀ ਸੇਵਾ ਕਰਦਾ ਰਹਾਂਗਾ, ਪਰ IPS ਦੇ ਤੌਰ 'ਤੇ ਮੈਂ ਸੇਵਾ ਨਹੀਂ ਕਰਾਂਗਾ, ਜਿਸ ਤੋਂ ਇਹ ਸਾਫ਼ ਹੈ ਕਿ ਹੁਣ ਉਹ ਨੌਕਰੀ ਨਹੀਂ ਕਰਨਗੇ। ਤਾਂ ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ 1998 ਬੈਂਚ ਦੇ IPS ਅਫਸਰ ਨੇ ਅਤੇ 7 ਸਤੰਬਰ 1998 ਤੋਂ ਸੇਵਾ ਨਿਭਾ ਰਹੇ ਨੇ, ਅਤੇ ਉਹਨਾਂ ਨੇ ਤੁਰੰਤ ਸੇਵਾ ਮੁਕਤੀ ਲਈ ਅਰਜ਼ੀ ਦਾਇਰ ਕੀਤੀ ਹੈ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ 3 ਮਹੀਨਿਆਂ ਦਾ ਅਗਾਊਂ ਨੋਟਿਸ ਪੀਰੀਅਡ ਤੋਂ ਵੀ ਉਹਨਾਂ ਨੂੰ ਰਾਹਤ ਦਿੱਤੀ ਜਾਵੇ, ਕਿਉਂਕਿ ਅਕਸਰ ਹੁੰਦਾ ਕੀ ਹੈ ਕਿ ਜਦੋਂ ਕੋਈ ਰੈਜ਼ਿਗਨੇਸ਼ਨ ਦਿੰਦਾ ਹੈ, ਆਪਣਾ ਰਿਜ਼ਾਈਨ ਦਿੰਦਾ ਹੈ, ਤਾਂ ਉਸਨੂੰ 3 ਮਹੀਨਿਆਂ ਦਾ ਜਿਹੜਾ ਨੋਟਿਸ ਹੈ ਉਹ ਦੇਣਾ ਪੈਂਦਾ, 3 ਮਹੀਨੇ ਹੋਰ ਜਿਹੜੀ ਹੈ ਸੇਵਾ ਕਰਨੀ ਪੈਂਦੀ ਹੈ।
जॉब करनी पैंदी है, नौकरी करनी पैंदी है। पर कुंवर विजय प्रताप सिंह ने कहा कि उन्होंने इन्हों 3 महीनों तो भी छोट दिती जाए। उन्होंने भी कहा कि पंजाब सरकार लई वो पिछले 22 साल तो सेवा कर रहे सन ते पूरी तरह संतुष्ट ने। तो दस दिए कि आई जी कुंवर विजय प्रताप सिंह दे अस्तीफे दे कई मायने कढ़े जा रहे हैं कि सियासत दे विच सरगर्म होणगे आई जी कुंवर विजय प्रताप सिंह, कि पंजाब च MLA की चोण लड़नगे कुंवर विजय प्रताप सिंह, जां चर्चे ये भी ने कि अमृतसर जिले तो चोण लड़ सकते हैं। तो दस दिए कि भगवंत मान आम आदमी पार्टी के प्रधान ने, उन्होंने भी कुंवर विजय प्रताप सिंह नूं लैके प्रेस कॉन्फ्रेंस की है। वख-वख पार्टियां जिहड़ियां ने वह कुंवर विजय प्रताप सिंह दे हक दे विच आईयां ने। तो देखना होएगा कुंवर विजय प्रताप सिंह अगे की कुछ करते ने, पंजाबी उन्होंने किन्ना कुछ साथ देंदे ने। हालांकि अकाली दल उन्होंने ये एलीगेशन लाउंदा रहा, जां कई पुलिस अधिकारियों ने भी ये एलीगेशन लाया कि वह सरकारी शह ते सरकार की शह ते एक पासड़ जाँच कर रहे सन, बायस्ड जाँच कर रहे सन। पर कुंवर विजय प्रताप सिंह ने कहा कि वह हक सच की लड़ाई लड़ रहे हैं, तो वो अपना काम बाखूबी निभा चुके हैं। उन्होंने हुण कोई अफसोस नहीं है, पर हुण वो IPS के तौर पर नहीं बल्कि जनता की सेवा समाज सेवी वजों करनगे। तो हुण सवाल यह पैदा हो रहा है कि जे वह सियासत दे विच आउंदे ने तो पंजाब के लोग उन्होंने किन्ना कु कामयाब कर सकते हैं, कि पंजाब के लोग उन्होंने साथ देणगे जां किन्ना कु साथ देणगे, यह वड्डा सवाल बनिया होया है। तो दस दिए कि IG कुंवर विजय प्रताप सिंह की जिहड़ी पहली पोस्टिंग है वह भी अमृतसर हुई सी। तां IG कुंवर विजय प्रताप सिंह बिहार के श्री पटना साहिब नूं बिलोंग करते ने, अते सिक्खी दे विच उन्हां दी काफ़ी आस्था भी है। तो दस दिए कि 22 सालों तो पंजाब सरकार दे एक चंगे अधिकारी वजों सेवा भी निभा रहे सी, पर हुण उन्होंने अस्तीफा दे दिता। हुण अगे की करनगे IG कुंवर विजय प्रताप सिंह, क्योंकि कैप्टन अमरिंदर सिंह ने भावें कह दिता सीगा कि असी उन्हां दा अस्तीफा ना मंजूर कर दिता है, सानू अजिहे कुशल अधिकारियों की जरूरत है। पर कुंवर विजय प्रताप सिंह ने स्पष्ट किया है कि वह हुण अगे जॉब नहीं करनगे, नौकरी नहीं करनगे। उन्होंने अपनी नौकरी छड्ड दिती है, अस्तीफा ते अड़े ने कुंवर विजय प्रताप सिंह। का सवाल यही है कि वह राजनीति दे विच जाणगे, कि वह विधायक की चोण लड़नगे 2022 दे विच, देखना होएगा। हालांकि उन्होंने लैके चर्चे जरूर ने कि वह सरगर्म पॉलिटिक्स दे विच आ सकते हैं। फिलहाल देखना होएगा अगे की कुछ हुंदा है। इस पेशकश चना ही तमाम अपडेट्स के लिए तुसीं देखते रहो डेली पोस्ट पंजाबी।